ਹੈਲੋ ਦੋਸਤੋ ਬੈਸ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਚ ਆਪਾਂ ਕਰ ਰਹੇ ਹਾਂ ਵਾਰਡ ਅਟੈਂਡੈਂਟ ਜੀ ਕੇ ਰਿਲੇਟਡ 25 ਮਹੱਤਵਪੂਰਨ ਕੁਐਸਚਨ ਤਾਂ ਦੋਸਤੋ ਵੀਡੀਓ ਨੂੰ ਕੀ ਤੱਕ ਜਰੂਰ ਦੇਖਣਾ ਹੈ ਤੇ ਨਾਲ ਹੀ ਚੈਨਲ ਤੇ ਫਸਟ ਵਾਰ ਵਿਜ਼ਿਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਜਰੂਰ ਕਰ ਦੇਣਾ ਤਾਂ ਕਿ ਸਾਡੇ ਵਾਲੀ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਇਸ ਤੋਂ ਇਲਾਵਾ ਵੀਡੀਓ ਨੂੰ ਆਪਣੇ ਹੋਰ ਨਾਲ ਦੋਸਤਾਂ ਤੱਕ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜਿੰਨੇ ਵਾਰਡ ਅਟੈਂਡੈਂਟ ਦਾ ਐਗਜ਼ਾਮ ਦੇਣਾ ਹੈ ਕਵੈਸਚਨ ਨੰਬਰ 1 ਏਡਿਸ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ 1 ਦਸੰਬਰ ਠੀਕ ਹੈ 1 ਦਸੰਬਰ ਨੂੰ ਯੂ ਏਡਿਸ ਦਿਵਸ ਮਨਾਇਆ ਜਾਂਦਾ ਹੈ ਸੂਰਜ ਦੀ ਰੋਸ਼ਨੀ ਤੋਂ ਕਿਹੜਾ ਵਿਟਾਮਿਨ ਮਿਲਦਾ ਹੈ ਤਾਂ ਰਾਈਟ ਆਨਸਰ ਹੈ ਵਿਟਾਮਿਨ ਡੀ हेठ लिखा किैस सब तो हल्की है तारइट आंसर है हाइड्रोजन ठीक है जी हाइड्रोजन गैस जो सब तो हल्की गैस होंगी है एक्सरे की खोज किस द्वारा की गई ताराइट आंसर है बिलहेलम रोए टंगेन ने ठीक है जी ਐਕਸ-ਰੇ ਦੀ ਕੋਈ ਜੋ ਬਿਲਹਲਮ ਰੋਇ ਟੰਗੇਨ ਦੁਆਰਾ ਕੀਤੀ ਗਈ। ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕਿੱਥੇ ਪਾਈ ਜਾਂਦੀ ਹੈ? ਤਾਂ ਰਾਈਟ ਆਨਸਰ ਹੈ ਕੰਨ। ਠੀਕ ਹੈ ਕੰਨ ਵਿੱਚ ਸਭ ਤੋਂ ਛੋਟੀ ਹੱਡੀ ਪਾਈ ਜਾਂਦੀ ਹੈ ਜਿਸ ਨੂੰ ਸਟੈਪੀਸ ਕਿਹਾ ਜਾਂਦਾ ਹੈ। ਬਿਜਲੀ ਬਲਬ ਵਿੱਚ ਕਿਹੜੀ ਗੈਸਮ ਪ੍ਰਯੋਗ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਆਰਗਨ ਠੀਕ ਹੈ ਆਰਗਨ ਗੈਸ ਦਾ ਜੋ ਪ੍ਰਯੋਗ ਕੀਤਾ ਜਾਂਦਾ ਹੈ ਬਿਲੀ ਦੇ ਬਲਬ ਵਿੱਚ ਸ਼ਕਤੀ ਦੀ ਇਕਾਈ ਕੀ ਹੈ ਤਾਂ ਰਾਈਟ ਆਨਸਰ ਹੈ ਵਾਟ ਤਾਂ ਦੋਸਤੋ ਅਪਰਯੂ ਕੁਐਸਚਨ ਕਰ ਰਹੇ ਹਾਂ ਠੀਕ ਹੈ ਜੀ ਇਹ ਸਿਰਫ 8ਵੀਂ ਲੈਵਲ ਤੱਕ ਦੇ ਨੇ ਇਸੇ ਤਰ੍ਹਾਂ ਦੇ ਹੀ ਕੁਐਸਚਨ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ। ਹੇਠ ਲਿਖਿਆਂ ਵਿੱਚੋਂ ਇੱਕ ਤਰਲ ਤਾਤ ਹੈ। ਤਾਂ ਰਾਈਟ ਆਨਸਰ ਹੈ ਪਾਰਾ। ਠੀਕ ਹੈ ਜੀ ਪਾਰਾ ਜਿਸ ਨੂੰ ਮਰਕਰੀ ਵੀ ਕਿਹਾ ਜਾਂਦਾ ਹੈ ਇੱਕ ਤਰਲ ਤਾਤ ਹੈ। ਤਾਂ ਦੋਸਤੋ ਤੁਸੀਂ ਜੋ ਧਾਤਾਂ ਤੇ ਅਧਾਤਾਂ ਠੀਕ ਹੈ ਜੀ ਇਹ ਦੋਨੇ ਚੰਗੀ ਤਰ੍ਹਾਂ ਦੇਖ ਕੇ ਜਾਣੀਆਂ ਨੇ ਠੀਕ ਹੈ ਜੀ ਕਿਉਂਕਿ ਇਹਨਾਂ ਵਿੱਚੋਂ ਕੁਐਸਚਨ ਜ਼ਰੂਰ ਬਣਨੇ ਨੇ ਪੈਨਸਿਲਿਨ ਦੀ ਖੋਜ ਕਿਸ ਦੁਆਰਾ ਕੀਤੀ ਗਈ ਤਾਂ ਰਾਈਟ ਆਨਸਰ ਹੈ ਅਲੈਗੈਂਡਰ ਫਲੇਮਿੰਗ ਠੀਕ ਹੈ ਅਲੈਗੈਂਡਰ ਫਲੇਮਿੰਗ ਦੁਆਰਾ ਜੋ ਪੈਨਸਿਲਿਨ ਦੀ ਖੋਜ ਕੀਤੀ ਗਈ टाइफाइड बुखार अपना प्रभाव छड़ता है ता राइट आंसर है अंतड़ियां ठीक है जी टाइफाइड बुखार जो अंतड़िया से प्रभाव छड़ता है आखिरी मुगल शासक कौन सी ता राइट आंसर है बहादुर शाह जफर ठीक है जी ਐਂਡ ਜੋ ਫਸਟ ਮੁਗਲ ਬਾਸਾ ਸੀ ਬਾਬਰ ਸੀ ਠੀਕ ਹੈ ਜੀ ਬਾਬਰ ਨੇ ਹੀ ਜੋ ਮੁਗਲ ਸਾਮਰਾਜ ਦੀ ਜੋ ਸਥਾਪਨਾ ਕੀਤੀ ਸੀ ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1761 ਠੀਕ ਹੈ ਜੀ ਜੋ ਕਿ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਹੋਈ ਸੀ ਇਸ ਵਿੱਚ ਜੋ ਅਹਿਮਦ ਸ਼ਾਹ ਅਬਦਾਲੀ ਜੀਤੂ ਰਹੇ ਸੀ दिल्ली की पहली औरत तो शासक बनी राइट आंसर है रजिया बेगम महात्मा बुद्ध का असली नाम की राइट आंसर है सिद्धार्थ ठीक है महात्मा बुद्ध का जो असली नाम सिद्धार्थ सी ਕਮਾਗਾਟਾ ਮਰੂ ਕੀ ਸੀ ਤਾਂ রাইਟ ਆਨਸਰ ਹੈ ਸਮੁੰਦਰੀ ਜਹਾਜ਼ ਠੀਕ ਹੈ ਜਿਸ ਨੂੰ ਬਾਬਾ ਗੁਰਦੇਵ ਸਿੰਘ ਨੇ ਜੋ ਕਰਾਇਤੇ ਲਿਆ ਸੀ 올림픽 ਝੰਡੇ ਉੱਪਰ ਕਿੰਨੇ ਚੱਕਰ ਹੁੰਦੇ ਹਨ ਤਾਂ রাইਟ ਆਨਸਰ ਹੈ 5 ਠੀਕ ਹੈ 5 ਚੱਕਰ ਹੁੰਦੇ ਨੇ ਜੋ ਵੱਖ-ਵੱਖ ਕਲਰ ਦੇ ਹੁੰਦੇ ਨੇ महाराष्ट्र की राजधानी का की ना आंसर है मुंबई ठीक है महाराष्ट्र की राजधानी है मुंबई भारतीय संविधान का निर्माता किसान कहा जाता है तो राइट आंसर है डॉक्टर भीम राव अंबेडकर ਪੰਚਾਇਤੀ ਪੱਧਰ ਚੋਣ ਕੌਣ ਸੰਚਾਲਿਤ ਕਰਦਾ ਹੈ ਤਾਂ ਰਾਈਟ ਆਨਸਰ ਹੈ ਜ਼ਿਲੇ ਠੀਕ ਹੈ ਜੋ ਪੰਚਾਇਤੀ ਪੱਧਰ ਦੀ ਚੋਣ ਹੁੰਦੀ ਹੈ ਉਹ ਜ਼ਿਲੇ ਦੇ ਦੇਖ ਰეკ ਹੁੰਦੀ ਹੈ ਪੰਜਾਬ ਵਿੱਚ ਰੇਲ ਕੋਚ ਫੈਕਟਰੀ ਕਿੱਥੇ ਹੈ ਤਾਂ ਰਾਈਟ ਆਨਸਰ ਹੈ ਕਪੂਥਲੇ ਠੀਕ ਹੈ ਰੇਲ ਕੋਚ ਫੈਕਟਰੀ ਕਪੂਰਥਲੇ ਪੰਜਾਬ ਦਾ ਮਾਂਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਲੁਧਿਆਣਾ ਠੀਕ ਹੈ ਲੁਧਿਆਣਾ ਸ਼ਹਿਰ ਨੂੰ ਪੰਜਾਬ ਦਾ ਜੋ ਮਾਂਚੈਸਟਰ ਕਿਹਾ ਜਾਂਦਾ ਹੈ ਐਂਡ ਦੋਸਤੋ ਜੇਕਰ ਤੁਹਾਨੂੰ ਭਾਰਤ ਬਾਰੇ ਪੁੱਛਿਆ ਜਾਵੇ ਕਿ ਭਾਰਤ ਦਾ ਮਾਂਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਤਾਂ ਉਹ ਰਾਈਟ ਆਪਣਾ ਅਹਮਦਾਬਾਦ ਹੋਵੇਗਾ ਤਾਪਰ ਯੂਨੀਵਰਸਿਟੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ ਤਾਂ ਰਾਈਟ ਆਨਸਰ ਹੈ ਪਟਿਆਲਾ ਠੀਕ ਹੈ ਜੀ ਪਟਿਆਲੇ ਆ ਜੋ ਤਾਪਰ ਯੂਨੀਵਰਸਿਟੀ ਸਿੱਖੀ ਦਾ ਪੰਗੂੜਾ ਪੰਜਾਬ ਦੇ ਕਿਸ ਖੇਤਰ ਨੂੰ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮੱਝਾ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਕੌਣ ਹਨ ਤਾਂ ਰਾਈਟ ਆਨਸਰ ਹੈ ਰਾਣਾ ਕੇ ਪੀ ਸਿੰਘ ਠੀਕ ਹੈ ਜੀ ਰਾਣਾ ਕੇ ਪੀ ਸਿੰਘ ਜੋ ਮੌਜੂਦਾ ਸਪੀਕਰ ਨੇ ਐਂਡ ਜੋ ਜੈਪ ਸਿੰਘ ਪੱਟੀ ਨੇ ਠੀਕ ਹੈ ਜੀ ਇਹ ਡਿਪਟੀ ਸਪੀਕਰ ਨੇ ਐਂਡ ਜੋ ਕਪੂਰ ਸਿੰਘ ਸਨ ਇਹ ਪੰਜਾਬ ਦੇ ਵਿਧਾਨ ਸਭਾ ਦੇ ਜੋ ਪਹਿਲੇ ਸਪੀਕਰ ਸਨ ਠੀਕ ਹੈ ਤਾਂ ਦੋਸਤੋ ਇੱਥੇ ਆਪਣੇ ਜੋ ਤਿੰਨ ਕੁਐਸਚਨ ਕਵਰ ਹੋ ਜਾਂਦੇ ਨੇ ਗੁਰੂ ਅੰਗਦ ਦੇਵ ਜੀ ਵੱਲੋਂ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਤਾਂ ਰਾਈਟ ਆਨਸਰ ਹੈ ਖੰਡੂਰ ਸਾਹਿਬ ਠੀਕ ਹੈ ਖੰਡੂਰ ਸਾਹਿਬ ਦੀ ਜੋ ਸਥਾਪਨਾ ਕੀਤੀ ਗਈ ਸੀ ਗੁਰੂ ਅੰਗਦ ਦੇਵ ਜੀ ਵੱਲੋਂ ਇਸ ਤਰ੍ਹਾਂ ਦੋਸਤੋ ਆਪਣੇ ਜੋ ਅੱਜ ਦੇ 25 ਕੁਐਸਚਨ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ